ਕੋਰੋਨਾ ਕਾਲ ਦੇ ਵਿੱਚ ਸੇਵਾ ਕਰਕੇ ਅਨੋਖੀ ਮਿਸਾਲ ਪੈਦਾ ਕਰਨ ਵਾਲੇ ਤਜਿੰਦਰਪਾਲ ਸਿੰਘ ਟੀਮਾ ਨੂੰ ਅਰਬਾਜ਼ ਖਾਨ ਦੇ ਵੱਲੋਂ 5 ਸਟਾਰ ਹੋਟਲ ਦੇ ਵਿੱਚ ਬ੍ਰਿਲੀਅੰਟ ਸੋਸ਼ਲ ਸਰਵਿਸ ਇਨ ਇੰਡੀਆ ਬ੍ਰਾਂਡ ਆਈਕਨ ਆਫ ਦਾ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਤੇ ਤਜਿੰਦਰਪਾਲ ਸਿੰਘ ਟੀਮਾ ਦੇ ਵੱਲੋਂ ਸਨਮਾਨ ਹਾਸਲ ਕਰਦੇ ਹੋਏ ਗੁਰਦੁਆਰਾ ਬਾਬਾ ਦੀਪ ਸਿੰਘ ਸ਼ਹੀਦ ਅਤੇ ਨਾਲ ਹੀ ਆਪਣੇ ਜੁਝਾਰੂ ਸੇਵਾਦਾਰਾਂ ਨੂੰ ਇਹ ਅਵਾਰਡ ਸਮਰਪਿਤ ਕਰ ਦਿੱਤਾ ਹੈ। ਉਨ੍ਹਾਂ ਨੇ ਦੱਸਿਆ ਹੈ ਕਿ ਅੱਜ ਦਾ ਇਹ ਅਵਾਰਡ ਸਿਰਫ ਤੇ ਸਿਰਫ ਗੁਰੂ ਸਾਹਿਬਾਨ ਦੀਆਂ ਬਖਸ਼ਿਸ਼ਾਂ ਦੇ ਕਰਕੇ ਹੀ ਉਹਨਾਂ ਨੂੰ ਮਿਲ ਪਾਇਆ ਹੈ। ਇਸ ਤੋਂ ਇਲਾਵਾ ਦੱਸ ਦਈਏ ਕਿ ਕੋਰੋਨਾ ਕਾਲ ਦੇ ਦਰਮਿਆਨ ਤਜਿੰਦਰਪਾਲ ਸਿੰਘ ਟੀਮਾਂ ਦੇ ਵੱਲੋਂ ਕਾਬਿਲੇ ਤਾਰੀਫ ਕੰਮ ਕੀਤਾ ਗਿਆ ਅਤੇ ਲੋਕਾਈ ਦੀ ਸੇਵਾ ਦੇ ਵਾਸਤੇ ਤਨ ਮਨ ਧਨ ਦੇ ਨਾਲ ਸੇਵਾ ਕੀਤੀ ਗਈ, ਜਿਸ ਦੇ ਕਰਕੇ ਉਹਨਾਂ ਦੀ ਪਹਿਲਾਂ ਵੀ ਕਾਫੀ ਵਾਰ ਤਾਰੀਫਾਂ ਹੋ ਚੁੱਕੀਆਂ ਸੀ ਅਤੇ ਅੱਜ 5 ਸਟਾਰ ਹੋਟਲ ਦੇ ਵਿੱਚ ਇਹ ਪ੍ਰੋਗਰਾਮ ਕਰਵਾਇਆ ਗਿਆ, ਜਿੱਥੇ ਕਿ ਇਸ ਪ੍ਰੋਗਰਾਮ ਦੇ ਵਿੱਚ ਸਾਰੇ ਹੀ ਸੋਸ਼ਲ ਸਰਵਿਸ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਗਿਆ, ਜਿੱਥੇ ਕਿ ਇਸ ਹੋਟਲ ਦੇ ਵਿੱਚ ਖਾਸ ਤੌਰ ਤੇ ਇਹਨਾਂ ਨੂੰ ਸਨਮਾਨਿਤ ਕਰਨ ਦੇ ਵਾਸਤੇ ਅਭਿਨੇਤਾ ਅਤੇ ਡਾਇਰੈਕਟਰ ਅਰਬਾਜ਼ ਖਾਨ ਖਾਸ ਤੌਰ ਤੇ ਪਹੁੰਚੇ ਸੀ ਅਤੇ ਉਹਨਾਂ ਦੇ ਵੱਲੋਂ ਇਹਨਾਂ ਨੂੰ ਬ੍ਰਿਲੀਅੰਟ ਸੋਸ਼ਲ ਸਰਵਿਸ ਇਨ ਇੰਡੀਆ ਬ੍ਰਾਂਡ ਆਈਕਨ ਆਫ ਦਾ ਈਅਰ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ। ਇਸ ਤੋਂ ਬਾਅਦ ਉਹਨਾਂ ਦੇ ਵੱਲੋਂ ਅਲਫਾਜ਼ ਜੋ ਆਪਣੇ ਮੂੰਹ ਦੇ ਵਿੱਚੋਂ ਕੱਢੇ ਗਏ ਉਹ ਸੀ ਸਿਰਫ ਤੇ ਸਿਰਫ ਵਾਹਿਗੁਰੂ ਦੇ ਸ਼ੁਕਰਾਨੇ ਦੇ ਬਾਰੇ ਵਿੱਚ। ਉਹਨਾਂ ਕਿਹਾ ਕਿ ਇਹ ਜੋ ਕੁਝ ਵੀ ਮੈਨੂੰ ਮਿਲਿਆ ਹੈ ਇਹ ਸਿਰਫ ਅਤੇ ਸਿਰਫ ਵਾਹਿਗੁਰੂ ਦੀ ਕਿਰਪਾ ਦੇ ਕਰਕੇ ਹੀ ਮਿਲਿਆ ਹੈ, ਕਿਉਂਕਿ ਅਸੀਂ ਇਸ ਦੇ ਕਾਬਿਲ ਬਿਲਕੁਲ ਵੀ ਨਹੀਂ ਹਾਂ, ਪਰੰਤੂ ਗੁਰੂ ਸਾਹਿਬਾਨ ਦੀ ਦਾਤਾਂ ਦੇ ਕਰਕੇ ਅਸੀਂ ਅਜਿਹਾ ਕਰਨ ਦੇ ਕਾਬਿਲ ਹੋ ਸਕੇ ਹਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।